ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੀ ਪੀਐਸਟ ਜਿਹੜਾ 2018 ਸੀ ਉਹਦੇ ਸਾਰਾ ਸੀ ਉਹਦੇ ਰਿਗਾਰਡਿੰਗ ਡਿਸਕਸ ਕਰਾਂਗੇ ਸੋ ਇਹ ਦੱਸਿਆ ਜੀ ਡਾਇਰੈਕਟੋਰੇਟ ਐਸਐਸ ਜੁਇਨਾਂ ਦਾ ਮੇਨਲੀ ਐਡਰੈਸ ਹੈ ਮੋਹਾਲੀ ਦਾ ਉਹ ਦੱਸਿਆ ਹੋਇਆ ਉਹਨਾਂ ਵੱਲੋਂ ਲੈਟਰ ਹੈ ਹੁਕਮ ਨੰਬਰ ਦੱਸਿਆ ਹੋਇਆ ਮਿੰਟੂ ਸੇ ਮੈਮੋ ਨੰਬਰ ਤਰੀਕ ਦਸੀ ਹੋਈ ਹੈ ਉਸ ਤੋਂ ਬਾਅਦ ਦੱਸਿਆ ਕਿ ਇਹਨਾਂ ਨੇ ਜਿਹੜੀ ਰਿਟ ਪਟੀਸ਼ਨ ਲਾਈ ਸੀ ਰਿਟ ਪਟੀਸ਼ਨ ਦਾ ਨੰਬਰ ਦੱਸਿਆ ਹੋਇਆ 2018 ਵਿੱਚ ਟੀਨਾ ਮਹਾਜਨ ਨੇ ਲਾਈ ਸੀ ਠੀਕ ਹੈ ਜੀ ਰਿਗਾਰਡਿੰਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮਿਤੀ 10/9/2021 ਨੂੰ ਦੇ ਹੁਕਮ ਅਨੁਸਾਰ ਠੀਕ ਹੈ 10/9/2021 ਨੂੰ ਆਰਡਰਸ ਆਏ ਉਹਨਾਂ ਅਨੁਸਾਰ ਜੋ ਤੁਹਾਡਾ ਪੀਟਰ 2017 ਸੀ ਪੇਪਰ 2 ਦੇ ਵਿੱਚ 147ਵਾਂ ਨੰਬਰ ਜਿਹੜਾ ਕੁਐਸਚਨ ਸੀਗਾ ਉਹਦੇ ਵਿੱਚ ਬੱਚਿਆਂ ਨੂੰ ਇੱਕ ਨੰਬਰ ਦੀ ਗ੍ਰੇਸ ਦਿੱਤੀ ਗਈ ਹੈ ਰਿਜ਼ਲਟ ਰਿਵਾਈਜ਼ ਹੋਇਆ ਜਿਹੜਾ ਰਿਵਾਈਜ਼ਡ ਰਿਜ਼ਲਟ ਹੈ ਉਹ ssepunjab.org ਵੈਬਸਾਈਟ 'ਤੇ ਅਵੇਲੇਬ ਹੈ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤਾਂ ਜੋ ਸਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇੱਕ ਪੀਡੀਐਫ ਫਾਈਲ ਮਿਲ ਜਾਊਗੀ ਜਾਂ ਤੁਹਾਨੂੰ ਉੱਥੇ ਸਾਡਾ ਵਟਸਐਪ ਨੰਬਰ ਮਿਲ ਜਾਊਗਾ ਡਾਇਰੈਕਟਲੀ ਤੁਸੀਂ ਉੱਥੋਂ ਆਪਣਾ ਜਿਹੜਾ ਰਿਵਾਈਜ਼ ਰਿਜ਼ਲਟ ਹੈ ਉਹ ਚੈੱਕ ਕਰਵਾ ਸਕਦੇ ਹੋ ਫ੍ਰੀ ਆਫ ਕਾਸਟ ਔਰ ਕੋਈ ਵੀ ਇਨਫੋਰਮੇਸ਼ਨ ਜਾਂ ਅਦਰ ਜਾਣਕਾਰੀ ਤੁਸੀਂ ਲੈਣੀ ਹੋਏ ਰਿਗਾਰਡਿੰਗ ਪੀਐਸਟੈਟ ਉਹਦੇ ਰੇਟਿੰਗ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗੀ ਸੋ ਫਰੈਂਡਸ ਇਨਫੋਰਮੇਸ਼ਨ ਅੱਛੀ ਲੱਗੀ ਹੈ ਤਾਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਨਾ ਪਲੱਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਫॉर ਫਿਊਚਰ ਅਪਡੇ